ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਇਕੱਤਰਤਾ ਵਿੱਚ ਪੂਰੇ ਸਿੱਖ ਜਗਤ ਦੀਆਂ ਪੰਥ ਨੂੰ ਸਮਰਪਿਤ ਪੰਥ ਲਈ ਕਾਰਜਸ਼ੀਲ ਅਤੇ ਪੰਥ ਲਈ ਦ੍ਰਿੜਤਾ ਨਾਲ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ, ਜਥੇਬੰਦੀਆਂ ਤੇ ਸੰਪਰਦਾਵਾਂ ਨੂੰ ਸੱਦਾ ਦਿੱਤਾ ਗਿਆ। ਉਹਨਾਂ ਦੇ ਨੁਮਾਇੰਦੇ ਪਹੁੰਚਣਗੇ ਆਪੋ ਆਪਣੇ ਜਥੇ ਨਾਲ, ਤੇ ਉਹਦੇ ਵਿੱਚ ਜਿਹੜਾ ਏਜੰਡਾ ਉੱਥੇ ਦੱਸਿਆ ਜਾਵੇਗਾ ਉਹਦੇ ਬਾਰੇ ਹੀ ਉਹ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਕਰਨਗੇ। ਉਸ ਤੋਂ ਬਾਅਦ ਫਿਰ ਸੰਗਤ ਦੀ ਪ੍ਰਵਾਨਗੀ ਦੇ ਨਾਲ ਜਿਹੜਾ ਵਾ ਉਹ ਫੈਸਲਾ ਕੀਤਾ ਜਾਵੇਗਾ ਗੁਰਮਤੇ ਦੇ ਵਿਧੀ ਵਿਧਾਨ ਅਨੁਸਾਰ। ਹਾਂਜੀ, ਕਾਰਨ ਕੀ ਹੈ ਕਿ ਸਿੱਖ ਸੰਸਥਾਵਾਂ ਨੇ ਗੁਰਮਤ ਦੀ ਵਿਧੀ ਵਿਧਾਨ ਤੋਂ ਦੂਰ ਜਾ ਰਹੇ? ਦੇਖੋ, ਪਿਛਲੇ ਲੰਬੇ ਅਰਸੇ ਤੋਂ ਪੱਛਮੀ ਸੱਭਿਆਚਾਰ ਦਾ ਜਿਹੜਾ ਪ੍ਰਭਾਵ ਪੈ ਚੁੱਕਾ ਉਹਦੇ ਅਨੁਸਾਰ ਫੈਸਲੇ ਲਏ ਜਾਂਦੇ ਨੇ, ਜਾਂ ਜਿਨ੍ਹਾਂ ਦਾ ਸਿੱਖ ਸਿਆਸਤ ਉੱਤੇ ਗਲਬਾ ਪੈ ਗਿਆ ਉਹਨਾਂ ਦੇ ਇਸ਼ਾਰੇ ਉੱਤੇ ਫੈਸਲੇ ਲਏ। ਇਹ ਗੁਰਮਤ ਵਿਧੀ ਵਿਧਾਨ ਨਹੀਂ। ਗੁਰਮਤ ਵਿਧੀ ਵਿਧਾਨ ਇਹ ਆ ਕਿ ਪੰਥ ਦੇ ਸਾਹਮਣੇ ਕੋਈ ਵੱਡਾ ਮਾਮਲਾ ਆਉਂਦਾ ਵਾ, ਉਹਦਾ ਨਿਬੇੜਾ ਕਰਨ ਲਈ, ਉਹਦਾ ਸਦੀਵੀ ਹੱਲ ਲੱਭਣ ਲਈ ਪੰਥ ਦਾ ਨੁਮਾਇੰਦਾ ਇਕੱਠ ਬੁਲਾਇਆ ਜਾਂਦਾ। ਗੁਰਮਤੇ ਦੇ ਸਿਧਾਂਤ ਅਨੁਸਾਰ ਵਿਚਾਰ ਕਰਨ ਤੋਂ ਬਾਅਦ, ਸਰਬੱਤ ਖਾਲਸੇ ਦੀ ਭਾਵਨਾਵਾਂ ਅਨੁਸਾਰ ਵਿਚਾਰ ਕਰਨ ਤੋਂ ਬਾਅਦ ਫਿਰ ਜਿਹੜਾ ਫੈਸਲਾ ਲਿਆ ਜਾਂਦਾ ਉਹ ਗੁਰਮਤ ਆਸ਼ੇ ਤੇ ਗੁਰਮਤ ਵਿਧੀ ਵਿਧਾਨ ਅਨੁਸਾਰ ਹੁੰਦਾ। ਹੁਣ ਤੱਕ ਜੋ ਕੁਝ ਹੋ ਰਿਹਾ ਉਹ ਗੁਰਮਤ ਵਿਧੀ ਵਿਧਾਨ ਅਨੁਸਾਰ, ਖਾਲਸਾਈ ਸਿਧਾਂਤਾਂ ਤੇ ਪੰਥਕ ਰਵਾਇਤਾਂ ਅਨੁਸਾਰ ਨਹੀਂ ਹੋ ਰਿਹਾ। ਇਹੋ ਕਾਰਨ ਆ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਵਾ ਉਹ ਵੋਟ ਪ੍ਰਣਾਲੀ ਦੇ ਤਹਿਤ ਆ ਚੁੱਕਾ ਵਾ। ਅਕਾਲ ਤਖ਼ਤ ਸਾਹਿਬ ਪੂਰੇ ਸਿੱਖ ਜਗਤ ਦਾ ਸਰਵਉੱਚ ਮੀਰੀ ਪੀਰੀ ਦੀ ਸਮੇਲਤਾ ਵਾਲਾ ਸਥਾਨ ਆ, ਪਰ ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਉਹਦੇ ਅਨੁਸਾਰ ਹੀ ਸਾਰੇ ਫੈਸਲੇ ਲਏ ਜਾਂਦੇ ਆ। ਉਹ ਸਾਰੇ ਜਿਹੜਾ ਗੁਰਮਤ ਵਿਰੋਧੀ ਵਰਤਾਰਾ ਵਾ ਉਹਦੇ ਵਿੱਚੋਂ ਕੱਢਣ ਲਈ ਇੱਕ ਕੌਮ ਨੂੰ ਅਕਾਲ ਤਖ਼ਤ ਸਾਹਿਬ ਤੇ ਕੇਂਦਰਿਤ ਹੋ ਕੇ ਫੈਸਲੇ ਲੈਣ ਦੀ ਜਿਹੜੀ ਪ੍ਰਕਿਰਿਆ, ਪੰਥਕ ਪ੍ਰਕਿਰਿਆ, ਉਹਦੀ ਸ਼ੁਰੂਆਤ ਕਰਨ ਦਾ ਇਹ ਅਮਲ ਆਰੰਭ ਕੀਤਾ ਵਾ 28 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ, ਤੇ ਉਸ ਤੋਂ ਬਾਅਦ ਫਿਰ ਕੌਮ ਦੇ ਵਿੱਚ ਜਦੋਂ ਜਾਗਰੂਕਤਾ ਆਏਗੀ, ਕੌਮ ਪਹਿਲਾਂ ਇਹ ਆਪਣੀ ਪਹਿਲੀ ਇਕੱਤਰਤਾ ਦੇ ਵਿੱਚ ਜੋ ਵੀ ਫੈਸਲਾ ਲਏਗੀ ਉਹਦੇ ਅਨੁਸਾਰ ਫਿਰ ਅੱਗੇ ਵਧਿਆ ਜਾਵੇਗਾ। ਤੇ ਮੁੱਖ ਮੰਤਵ ਇਹ ਆ ਕਿ ਅਕਾਲ ਤਖ਼ਤ ਸਾਹਿਬ ਨੂੰ ਵਰਤਮਾਨ ਸਥਿਤੀ ਵਿੱਚੋਂ ਮੁਕਤ ਕਰਾ ਕੇ ਗੁਰਮਤ ਆਛੇ ਅਨੁਸਾਰ ਪੂਰੇ ਸਿੱਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਉੱਥੋਂ ਜਿਹੜੇ ਆ ਗੁਰਮਤੇ ਸੋਧੇ ਜਾਣ। ਦੇਖੋ, ਅਸੀਂ ਅਜੇ ਕਿਸੇ ਦਾ ਨਾਂ ਵੀ ਜਿਹੜਾ ਨਾ ਉਹਨੂੰ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ ਚਾਹੁੰਦੇ, ਪਰ ਤੁਹਾਨੂੰ ਸਪਸ਼ਟ ਕਰਤਾ ਕਿ ਪੰਥ ਨੂੰ ਸਮਰਪਿਤ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ, ਸੰਪਰਦਾਵਾਂ ਉਹ ਸਾਰੀਆਂ ਸ਼ਮੂਲੀਅਤ ਕਰਨਗੀਆਂ। ਜਿਹੜੀਆਂ ਪੰਥ ਨੂੰ ਸਮਰਪਿਤ ਨਹੀਂ, ਜਿਹੜੀਆਂ ਪੰਥ ਦਾ ਨੁਕਸਾਨ ਜਿਹਨਾਂ ਨੇ ਕੀਤਾ ਜਾਂ ਕਰ ਰਹੀਆਂ ਨੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ। ਇਹਦੇ ਵਿੱਚ ਖਾ ਕਰਕੇ ਇੱਕ ਨਾਮ ਪਾ ਦਿੱਤਾ।
ਵੇਖੋ ਅੱਜ ਤੇ ਇਹ ਉੱਥੇ ਇਹ ਫੈਸਲਾ ਲੈਣਾ ਵਾ ਕਿ ਇਹਦੀ ਸ਼ੁਰੂਆਤ ਕਿਵੇਂ ਕਰੇ ਕੀਤੀ ਜਾਵੇ, ਅਕਾਲ ਤਖਤ ਸਾਹਿਬ ਨੂੰ ਇਸ ਗਲਬੇ ਤੋਂ ਮੁਕਤ ਕਿਵੇਂ ਕਰਾਇਆ ਜਾਵੇ ਤੇ ਸਮੁੱਚਾ ਪੰਥ ਜਿਹੜਾ ਵਾ ਉਹਦੇ ਉੱਤੇ ਕੇਂਦਰਿਤ ਕਿਵੇਂ ਹੋ, ਉਹ ਉਹਦੇ ਬਾਰੇ ਵਿਚਾਰ ਕੀਤਾ। ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਪ੍ਰੈਸ ਕਾਨਫਰੰਸ ਕਰੋ ਜਾਂ ਫਿਰ ਦੂਜੀ ਤੇ ਪ੍ਰੈਸ ਕਾਨਫਰੰਸ ਬਾਰ ਬਾਰ ਸਾਹਿਬ ਉਹਨਾਂ ਵੱਲ ਦੀ ਕਰੇ, ਉਹ ਵੀ ਕਹਿੰਦੇ ਅਸੀਂ ਪੰਥ ਨੂੰ ਬਚਾਣਾ, ਤੁਸੀਂ ਵੀ ਕਹਿੰਦੇ ਪੰਥ ਨੂੰ ਬਚਾਣਾ, ਤਾਂ ਪੰਥ ਨੂੰ ਬਚਾਏਗਾ ਕੌਣ? ਵੇਖੋ ਇਹ ਤੇ ਸਿੱਖ ਜਗਤ ਨੇ ਵੇਖਣਾ ਕਿ ਕਿਹੜਾ ਪੰਥਕ ਸੁਰ ਵਿੱਚ ਵਿਚਰ ਰਿਹਾ ਤੇ ਕਿਹੜਾ ਪੰਥ ਵਿਰੋਧੀ ਸੁਰ ਵਿੱਚ ਵਿਚਰ ਰਿਹਾ, ਇਹ ਫੈਸਲਾ ਪੰਥ ਨੇ ਕਰਨਾ। ਅਸੀਂ ਉਹਦੇ ਸਾਹਮਣੇ ਇੱਕ ਜਿਹੜਾ ਵਿਧੀ ਵਿਧਾਨ ਆ ਕਿ ਗੁਰਮਤੇ ਦਾ ਵਿਧੀ ਵਿਧਾਨ ਇਹ ਆ, ਇਹਦੇ ਅਨੁਸਾਰ ਫੈਸਲੇ ਲਏ ਜਾਂਦੇ ਆ, ਉਹ ਰੱਖਣਾ ਅੱਗੇ ਪ੍ਰਵਾਨਗੀ ਕੌਮ ਨੇ ਦੇਣੀ, ਕਿਸੇ ਨੂੰ ਰਿਜੈਕਟ ਕਰਨਾ ਕਿਸੇ ਨੂੰ ਐਕਸੈਪਟ ਕਰਨਾ। ਸ਼੍ਰੋਮਣੀ ਕਮੇਟੀ ਨੇ ਕੱਢ ਦਿੱਤਾ ਸੀਗਾ, ਪੰਥ ਨੇ ਤਾਂ ਨਹੀਂ ਕੱਢਿਆ, ਸ਼੍ਰੋਮਣੀ ਕਮੇਟੀ ਨੂੰ ਫਿਰ ਖੁਦ ਉਹ ਜਥੇਦਾਰ ਕੱਢਣੇ ਪਏ ਜਿਹਨਾਂ ਨੂੰ ਇਹਨਾਂ ਨੇ ਤਲਬ ਕੀਤਾ। ਇਹਦਾ ਮਤਲਬ ਪੰਥ ਨੇ ਪ੍ਰਵਾਨਗੀ ਕਿਹਨੂੰ ਦਿੱਤੀ? ਪੰਥ ਨੇ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਸੀ ਉਸ ਸਮੇਂ ਦੇ ਉੱਤੇ, ਇੱਜ਼ਤ ਵਾਲੀ ਥਾਂ ਤੇ ਬੈਠੇ ਨਹੀਂ ਹੋਇਆ। ਤੇ ਜਿਹੜਾ ਬੰਦਾ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦਾ ਉਹ ਤੇ ਇਨਸਾਨ ਵੀ ਨਹੀਂ, ਸਿੱਖੀ ਦੀ ਦੂਜੀ ਗੱਲ ਆਹੀ ਇਹ ਚੱਕਰ। ਉਹ ਅਗਲਾ ਸਟੈਪ ਆ ਉਹਦੇ ਬਾਰੇ ਕੀ ਫੈਸਲਾ ਲੈਣਾ ਕਿ ਅੱਜ ਦਾ ਜਿਹੜਾ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਿਰਫ ਇਹ ਏਜੰਡਾ ਰੱਖਿਆ ਗਿਆ ਕਿ ਅਕਾਲ ਤਖ਼ਤ ਸਾਹਿਬ ਨੂੰ ਵਰਤਮਾਨ ਸਥਿਤੀ ਵਿੱਚੋਂ ਮੁਕਤ ਕਰਾ ਕੇ ਪੂਰੇ ਸਿੱਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਗੁਰਮਤੇ ਸੋਧਣ ਦੀ ਪ੍ਰਕਿਰਿਆ ਕਿਵੇਂ ਲਾਗੂ ਕੀਤੀ। ਦੇਖੋ ਸਾਡਾ ਤਾਂ ਜਮਾਣਾ ਜਿਹਾ ਯਤਨ ਹੈ ਕਿ ਇਹ ਸਮਾਂ ਜੋ ਬਹੁਤ ਹੀ ਇੱਕ ਕ੍ਰਿਟੀਕਲ ਕ੍ਰਾਈਸਿਸ ਵਾਲਾ ਸਮਾਂ ਆ ਪੰਜਾਬ ਲਈ, ਜਿੱਥੇ ਬਹੁਤ ਕੁਛ ਹੋ ਰਿਹਾ ਹੈ ਤੇ ਜੀ ਤਾਂ ਬਹੁਤ ਕੁਛ ਹੋ ਸਕਦਾ ਹੈ, ਦੋਹੀ ਪਾਸੇ ਹੋ ਸਕਦਾ ਹੈ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਪੰਥ ਨੂੰ ਕਿਸ ਤਰੀਕੇ ਨਾਲ ਨਾਮਬੰਦ ਕਰਨਾ, ਸੂਤਰਬੰਦ ਕਰਨਾ, ਇੰਟਰਨਲੀ ਪੰਥ ਨੂੰ ਕਿਵੇਂ ਸਟਰੋਂਗ ਕਰਨਾ। ਅਸੀਂ ਪਿਛਲੇ ਸਾਲ ਤੋਂ ਸਾਰੇ ਪੰਥ ਵਿੱਚ ਵਿਚਰ ਰਹੇ ਹਾਂ, ਸਾਰੇ ਥਾਂ ਜਾ ਰਹੇ ਹਾਂ ਤੇ ਬਹੁਤ ਇਕੱਤਰਤਾਵਾਂ ਕੀਤੀਆਂ ਵਿਚਾਰਵਾਨਾਂ ਨੂੰ, ਸੰਪਰਦਾਵਾਂ, ਸੰਸਥਾਵਾਂ, ਸ਼ਖਸੀਅਤਾਂ, ਨੌਜਵਾਨਾਂ ਨੂੰ, ਸਾਰਿਆਂ ਨੂੰ ਮਿਲੇ ਤੇ ਜਿਹੜੀ ਇੱਕ ਰਾਏ ਸਾਰੀ ਉਹ ਇਹ ਆਈ ਕਿ ਸਭ ਤੋਂ ਜਿਹੜਾ ਮੋਢੇ ਆ ਉਹ ਸਾਡਾ ਅਕਾਲ ਤਖ਼ਤ ਆ, ਉਹ ਗੁਰੂ ਵੱਲੋਂ ਬਖਸ਼ੀ ਸੰਸਥਾ ਜਿੱਥੇ ਅਸੀਂ ਵਿਚਾਰ ਕਰਨਾ, ਜਿੱਥੇ ਕਲੈਕਟਿਵਲੀ ਫੈਸਲੇ ਲੈਣੇ, ਜਿੱਥੇ ਕਲੈਕਟਿਵਲੀ ਅਗਵਾਈ ਆਉਣੀ ਗੁਰਮਤੇ ਰਾਹੀਂ ਤੇ ਪੰਚ ਪ੍ਰਧਾਨੀ ਰਾਹੀਂ। ਉਹ ਲੰਬੇ ਸਮੇਂ ਤੋਂ ਉੱਥੇ ਉਹ ਕੁਛ ਨਹੀਂ ਹੋ ਰਿਹਾ, ਉਹ ਪੱਛਮੀ ਪ੍ਰਭਾਵ ਜਾਂ ਹੋਰ ਜਿਹੜੇ ਗੈਰ ਪੰਥਕ ਪ੍ਰਭਾਵ ਆ ਅਧੀਨ ਆ ਤੇ ਇੱਕ ਤਰ੍ਹਾਂ ਦੀ ਗੁਲਾਮੀ ਵਾਲੀ ਸਥਿਤੀ ਚ ਸਾਡਾ ਤਾਂ ਨਿਮਾਣਾ ਜਾਂ ਯਤਨ ਆ ਕਿ ਉਹ ਉੱਥੇ ਉਹੋ ਜਿਹਾ ਮਾਹੌਲ, ਉਹੋ ਜਿਹਾ ਹਾਲਾਤ ਹੋਣ ਜਿੱਥੇ ਖਾਲਸੇ ਦੀ ਰਜ਼ਾ ਪ੍ਰਗਟ ਹੋਵੇ, ਜਿੱਥੇ ਗੁਰਮਤਾ ਹੋਵੇ। ਦੇਖੋ ਅਕਾਲ ਤਖ਼ਤ ਦਾ ਮਤਲਬ ਹੈ ਕਿ ਗੁਰਮਤਾ, ਗੁਰੂ ਦੀ ਹਜ਼ੂਰੀ ਵਿੱਚ ਸਾਰਾ ਰਿਪ੍ਰਜੈਂਟੇਟਿਵ ਜੋ ਖਾਲਸਾ ਪੰਥ ਦੇ ਨੁਮਾਇੰਦੇ ਆ ਉਹ ਇੱਕਮਤ ਹੋ ਕੇ ਗੁਰੂ ਦੀ ਹਜ਼ੂਰੀ ਵਿੱਚ ਗੁਰਮਤਾ ਕਰ, ਗੁਰਮਤਾ ਹੀ ਸਾਡਾ ਹਾਈਐਸਟ ਆਸ਼ਰਮ ਤੇ ਸੰਸਥਾ ਆ ਤੇ ਇਹ ਇੱਥੇ ਪਿਛਲੇ ਸਦੀ ਤੋਂ ਨਹੀਂ ਹੋ ਰਿਹਾ। ਇੱਥੇ ਜੋ ਕੁਛ ਵੀ ਹੋ ਰਿਹਾ ਇੱਕ ਬੰਦੇ ਦੀ ਮਰਜ਼ੀ ਜਾਂ ਇੱਕ ਧੜੇ ਦੀ ਮਰਜ਼ੀ ਜਾਂ ਇੱਕ ਪਾਰਟੀ ਦੀ ਮਰਜ਼ੀ ਜਾਂ ਇੱਕ ਵਸਟਨ ਤਰੀਕੇ ਦੇ ਜਿਹੜੇ ਫੈਸਲੇ ਹੁੰਦੇ ਉਹ ਹੋ ਰਿਹਾ ਹੈ, ਸਾਡਾ ਤਾਂ ਇਹ ਯਤਨ ਹੈ। ਦੂਸਰਾ ਜਿਹੜੀ ਅਗਵਾਈ ਦੀ ਗੱਲ ਆ, ਅਗਵਾਈ ਹੁਣ ਇੱਥੇ ਕਿਸ ਤਰੀਕੇ ਦੀ ਆ ਰਹੀ ਆ, ਵੋਟਾਂ ਰਾਹੀਂ ਆ ਰਹੀ ਆ, ਇਲੈਕਸ਼ਨਸ ਰਾਹੀਂ ਆ ਰਹੀ ਆ, ਜਾਂ ਕੋਈ ਕਿਸੇ ਦਾ ਪਰਿਵਾਰ ਕਰਕੇ ਕੋਈ ਆ ਜਾਂਦਾ ਆ, ਕੋਈ ਪੈਸੇ ਦੇ ਜ਼ੋਰ ਨਾਲ ਆ ਜਾਂਦਾ ਆ, ਕੋਈ ਇਨਫਲੂਐਂਸ ਨਾਲ, ਕੋਈ ਸਰਕਾਰ ਹੀ ਕਿਸੇ ਨੂੰ ਲਿਆਉਣ ਲਈ, ਇਹ ਤਰੀਕੇ ਨੇ ਤੇ ਪੰਥ ਦੇ ਤਰੀਕੇ ਨੇ ਗੁਣਾ ਕਰਕੇ ਸੰਗਤ ਅਗਰ ਕਿਸੇ ਸਿੱਖ ਦੀ ਗਵਾਹੀ ਦੇਖ ਕੇ ਉਹਨੂੰ ਅੱਗੇ ਲੈ ਕੇ ਆਉਂਦੀ ਆ ਸਿਲੈਕਸ਼ਨ ਕਰਕੇ। ਸਾਡੀ ਉਹੀ ਕੋਸ਼ਿਸ਼ ਆ ਕਿ ਜਿਹੜੇ ਗੁਰੂ ਵੱਲੋਂ ਦਿੱਤੀਆਂ ਸਾਨੂੰ ਜੁਗਤ ਆ, ਗੁਰ
ਗੁਰਮਤੇਰੀ ਤੇ ਪੰਜ ਪ੍ਰਧਾਨੀ ਪ੍ਰਣਾਲੀ ਰਹੀ ਪੰਜ ਪ੍ਰਧਾਨੀ ਪ੍ਰਣਾਲੀ ਰਹੀ ਗੁਰਮਤਾ ਕਰਨਾ ਅੱਜ ਦੇ ਸਮੇਂ ਵਿੱਚ ਪ੍ਰੈਕਟਿਸ ਕਰਨਾ ਲਾਗੂ ਸਾਡਾ ਇਹੀ ਨਿਮਾਣਾ ਜਿਹਾ ਯਤਨ ਹੈ ਕਿ ਉੱਥੇ ਗੁਰਮਤਾ ਸਾਰੇ ਪੰਥ ਦੇ ਰੀਪ੍ਰਜੈਂਟੇਟਿਵ ਜਿਹੜੇ ਨੁਮਾਇੰਦਾ ਆਉਣਗੇ ਉਹ ਗੁਰਮਤਾ ਕਰਨ ਇਸ ਇਸ਼ੂ ਦੇ ਕਿ ਅਕਾਲ ਤਖ਼ਤ ਦਾ ਜੋ ਮੌਜੂਦਾ ਪ੍ਰਬੰਧ ਉਹਦੇ ਬਾਰੇ ਉਹ ਕੀ ਸੋਚਦੇ। ਜਿੱਦਾਂ ਇੱਕ ਤਾਂ ਇਹ ਦੂਸਰਾ ਹੈ ਕਿ ਜੋ ਆਦਰਸ਼ਿਕ ਪ੍ਰਬੰਧ ਆ ਗੁਰਮਤੇ ਵਾਲਾ ਤੇ ਪੰਚ ਪ੍ਰਧਾਨੀ ਸਾਂਝੀ ਅਗਵਾਈ ਤੇ ਸਾਂਝੇ ਫੈਸਲੇ ਉਹ ਕਿਵੇਂ ਆਵੇ, ਇਹ ਦੋ ਸਵਾਲ ਆ। ਬਾਕੀ ਤੁਸੀਂ ਗੱਲ ਕੀਤੀ ਅਕਾਲੀ ਦਲ ਐਸ ਪੀ ਪੀ ਸੀ ਜਥੇਦਾਰ, ਦੇਖੋ ਸਾਰਾ ਪੰਥ ਬਹੁਤ ਵੱਡਾ, ਸਾਰੇ ਪੰਥ ਦੇ ਹਿੱਸੇ ਨੇ, ਪਰ ਕੋਈ ਇੱਕ ਧਿਰ ਨਹੀਂ ਹੈ ਪੰਥ ਜਿਵੇਂ ਕਿ ਇੱਕ ਆਪਣੇ ਆਪ ਨੂੰ ਕਹਿ ਲਓ ਅਸੀਂ ਪੰਥ ਆ, ਉਹ ਸਾਰੇ ਪੰਥ ਦੇ ਹਿੱਸੇ ਆ। ਚਾਹੀਦਾ ਤਾਂ ਇਹ ਜੇ ਜਦੋਂ ਇੱਕ ਬੜਾ ਕ੍ਰਾਈਸਿਸ ਵਾਲਾ ਸਮਾਂ ਜਿਹੜਾ ਆਹ ਜਿਹੜਾ ਹਿੰਦੂਤਵ ਸਰਕਾਰ ਆ ਇਹ ਡਾਇਰੈਕਟਲੀ ਪੰਥ ਦੇ ਸਾਰੇ ਇੰਸਟੀਟਿਊਸ਼ਨ ਨੂੰ ਕਵਰ ਕਰ ਰਹੀ ਆ। ਤੁਸੀਂ ਦੂਸਰੇ ਤਖ਼ਤ ਦੇਖ ਲਓ, ਕਮੇਟੀਆਂ ਦੇਖ ਲਓ, ਦਿੱਲੀ ਹਰਿਆਣਾ ਸਾਰੇ ਕੌਣ ਕੌਣ ਕਿੱਥੇ ਕਿੱਥੇ ਕੀ ਖੜੇ। ਇਹ ਬਿਲਕੁਲ ਠੀਕ ਉਹਨਾਂ ਨੇ ਜੋ ਕੁਛ ਕਿਹਾ, ਇਹ ਜਿਸ ਤਰ੍ਹਾਂ ਮੈਂ ਕਿਹਾ ਕਿ ਸਟੇਟ ਸਿੱਖਾਂ ਨੂੰ ਘੇਰ ਰਹੀ ਆ, ਆਈਸੋਲੇਟ ਕਰ ਰਹੀ ਆ, ਬਦਨਾਮ ਕਰ ਰਹੀ ਆ। ਆ ਪਿੱਛੇ ਜੋ ਮਾਰਚ ਦੀਆਂ ਸਾਰੀਆਂ ਗ੍ਰਿਫਤਾਰੀਆਂ ਤੇ ਆਹ ਫਰੀਡਮ ਆਫ ਐਕਸਪ੍ਰੈਸ਼ਨ ਤੇ ਨੈਟ ਤੇ ਜੋ ਲਾਏ ਤੇ ਆਪਣੇ ਨੌਜਵਾਨਾਂ ਨੂੰ ਬਾਹਰਲੇ ਸਟੇਟਾਂ 'ਚ ਭੇਜਿਆ ਗਿਆ, ਉਹ ਇੱਕ ਹਿੱਸਾ ਹੀ ਸੀ ਸਿੱਖਾਂ ਨੂੰ ਡਰਾਉਣ ਦਾ, ਸਹਿਮ ਪਾਉਣ ਦਾ। ਉਦੋਂ ਬਾਅਦ ਇਹਨਾਂ ਦੇ ਉਹਦੀ ਕੰਟੀਨਿਊਟੀ ਆ ਜਿਹੜੀ ਕਤਲ ਕਰਨ ਦੀ ਆ, ਜਿਹੜੀ ਪੰਜਾਬ ਪਾਕਿਸਤਾਨ 'ਚ ਪਰਮਜੀਤ ਸਿੰਘ ਪੰਜਵਾਲ ਤੇ ਇੰਗਲੈਂਡ 'ਚ ਫਿਰ ਹੁਣ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ, ਤੇ ਇਹ ਇੱਥੇ ਰੁਕਣਾ ਨਹੀਂ, ਇਹ ਇੱਥੇ ਵੀ ਇਹ ਕਰਨਗੇ। ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਆ ਤੇ ਹੁਣ ਵੀ ਜਿਹੜਾ ਇਹ ਜਿਹੜਾ ਨੈਟ ਰਾਹੀਂ ਜਾਂ ਹੋਰ ਕਈ ਤਰੀਕੇ ਨਾਲ ਮੂਵਮੈਂਟ ਨੂੰ, ਸੰਤਾਂ ਨੂੰ ਜਾਂ ਮੂਵਮੈਂਟ ਦੀਆਂ ਸ਼ਖਸੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹਦਾ ਹੀ ਹਿੱਸਾ ਆ। ਇਹ ਇੱਥੇ ਆਸ ਵਿੱਚ ਇੱਕ ਤਰੀਕੇ ਦੀ ਲੜਾਈ ਝਗੜਾ ਤੇ ਭਰਾ ਮਾਰੂ ਜੰਗ ਜਿਹਨੂੰ ਇਨਾਮ ਦੇ ਰਹੇ ਆ ਉਹ ਕਰਕੇ ਇਹੀ ਕੁਛ ਇੱਥੇ ਸ਼ੁਰੂ ਕਰਨਾ ਚਾਹੁੰਦੇ ਆ। ਤੇ ਇਹ ਤੋਂ ਇਹਨਾਂ ਨੂੰ ਇਹ ਆਪ ਹੀ ਸਮਝ ਲੈਣਾ ਚਾਹੀਦਾ ਕਿ ਇਹਦੇ ਰਿਜ਼ਲਟ ਕੀ ਲਿਖਣਗੇ। ਜੋ ਪਹਿਲਾਂ ਸਿੱਖਾਂ ਵਿੱਚ ਦਖਲਦਾਜ਼ੀ ਕੀਤੀ ਆ ਰਿਲੀਜੀਅਸ ਉਹਦੇ ਕੀ ਨਿਕਲੇ, ਜੋ ਹੁਣ ਸਿੱਧਾ ਇਹ ਐਂਟਰ ਕਰ ਰਹੇ ਆ ਤੇ ਉਹ ਉਹਦੇ ਕੀ ਰਿਜ਼ਲਟ ਨਿਕਲਣਗੇ। ਸਿੱਖਾਂ ਨੂੰ ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਅਸੀਂ ਬਿਲਕੁਲ ਨਹੀਂ ਪਰਵਾਹ ਕਰਦੇ। ਜਿਹੜਾ ਕੋਈ ਵੀ ਚੁਣੌਤੀ ਹੋਵੇ ਕਿਸੇ ਤਰ੍ਹਾਂ ਦੀ ਵੀ ਅਸੀਂ ਉਹ ਸਭ ਲਈ ਤਿਆਰ ਹਾਂ, ਅਸੀਂ ਸਾਰਿਆਂ ਨੂੰ ਸਰ ਕਰ ਸਕਦੇ ਹਾਂ ਗੁਰੂ ਦੀ। ਉਹ ਗੱਲ ਠੀਕ ਆ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰ ਹੁੰਦੇ ਆ, ਗੁਰਬਾਣੀ ਤਾਂ ਸਾਰਿਆਂ ਲਈ ਫ੍ਰੀ ਆ, ਸਾਰੀ ਯੂਨੀਵਰਸਲੀ ਫ੍ਰੀ ਆ, ਤੇ ਜਿਹੜਾ ਉਹਨੂੰ ਕਬਜ਼ਾ ਕਰਨ ਦਾ ਕੋਸ਼ਿਸ਼ ਕਰਦਾ ਉਹ ਬੜਾ ਜਾਣੀ ਕਿ ਦੁਖੀ ਆ। ਉਹ ਸਿੱਖਾਂ ਨੂੰ ਚਾਹੀਦਾ ਕਿ ਉਹ ਆਪ ਕੋਈ ਇਹੋ ਜਿਹਾ ਪ੍ਰਬੰਧ ਕਰਨ ਕਿ ਸਾਰੀ ਫ੍ਰੀ ਪ੍ਰਸਾਰਣ ਹੋਵੇ, ਪਰ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਦਾ ਇਹ ਕੋਈ ਹੱਕ ਨਹੀਂ ਬਣਦਾ ਕਿ ਉਹ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਦਖਲ ਦਾ ਜੀ। ਇਹ ਸਿੱਖਾਂ ਦਾ ਆਪਣਾ ਮਸਲਾ ਆ, ਇਹਦੇ ਵਿੱਚ ਸੈਂਟਰ ਜਾਂ ਪੰਜਾਬ ਕਿਸੇ ਵੀ ਸਟੇਟ ਦਾ ਆਉਣ ਦਾ ਕੋਈ ਜਗ੍ਹਾ ਨਹੀਂ। ਆਪਣੇ ਸਾਹਮਣੇ ਆ ਹੁਣ ਇਸ ਵਕਤ ਅਕਾਲ ਤਖ਼ਤ ਤੇ ਐਸ ਜੀ ਪੀ ਸੀ ਵੱਲੋਂ ਸਿਹਤ ਆ। ਸਿੱਖਾਂ ਵਿੱਚ ਜਿੰਨੀ ਵੀ ਕੋਈ ਸੰਸਥਾ ਆ, ਜਿੱਥੇ ਵੀ ਕੋਈ ਵਕਾਰ ਵਾਲੀ ਜਾਂ ਕ੍ਰੈਡੀਬਿਲਟੀ ਵਾਲੀ, ਤੇਰਾ ਸਾਰਿਆਂ ਦਾ ਵਕਾਰ ਥੱਲੇ ਕਰ ਰਹੀ ਹੈ। ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਜਥੇਦਾਰਾਂ ਨੂੰ, ਐਸ ਡੀ ਪੀ ਸੀ ਨੂੰ, ਅਕਾਲੀ ਦਲ ਨੂੰ ਇਹ ਚਾਹੀਦਾ ਸੀ ਕਿ ਇਹ ਸਟੈਪ ਉਹ ਚੁੱਕਦੇ ਜਿਹੜੇ ਗੁਰਮਤੇ ਵਾਲੇ ਤੇ ਪੰਚ ਪ੍ਰਧਾਨੀ ਪ੍ਰਣਾਲੀ ਉਹਨਾਂ ਵੱਲੋਂ ਬਣਦਾ ਸੀ, ਇਹ ਵੱਡੀਆਂ ਸੰਸਥਾਵਾਂ ਸੰਪਰਦਾ ਉਹਨਾਂ ਦਾ ਵਕਤ ਬਣਦਾ। ਇਹ ਅਸੀਂ ਤਾਂ ਦੇਖ ਕੇ ਕਿ ਕੋਈ ਨਹੀਂ ਕਰਦਾ, ਸੰਗਤ ਦਾ ਜੋ ਸੰਗਤ ਨੇ ਸਾਨੂੰ ਕਿਹਾ ਉਹ ਅਸੀਂ ਅੱਗੇ ਯਤਨ ਕਰ ਰਹੇ ਹਾਂ, ਤੇ ਸਾਨੂੰ ਪੂਰਾ ਉਮੀਦ ਹੈ ਕਿ ਜੋ ਅਸਲ ਸ਼ਕਤੀ ਸੰਗਤ ਦੀ ਆ, ਪੰਥ ਦੀ ਆ, ਇਹ ਜਿਹੜੇ ਹੋਰ ਤਰੀਕੇ ਨਾਲ ਅਸੀਂ ਸ਼ਕਤੀ ਹਾਸਲ ਕਰਦੇ ਹਾਂ ਵੋਟਾਂ ਰਾਹੀਂ ਜਾਂ ਹੋਰ, ਉਹਦੇ ਨਾਲ ਵੱਡੀ ਸੰਗਤ ਦੀ ਸ਼ਕਤੀ ਹੈ। ਸੰਗਤ ਆਪ ਵਿੱਚ ਗੁਰੂ ਵਰਤੇਗਾ ਤੇ ਗੁਰੂ ਨੇ ਸਾਰੀ ਤਾਕਤ ਦੇਣੀ ਹੁੰਦੀ ਹੈ। ਸਾਡਾ ਯਤਨ ਕਰਨਾ ਫਰਜ਼ ਆ। ਯਤਨ ਬਹੁਤ ਸਮੇਂ ਤੋਂ ਚੱਲ ਰਿਹਾ, ਉਹਦੇ ਤਹਿਤ ਬਹੁਤ ਮੁਸ਼ਕਿਲ ਆ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਨਾ ਕਰੋ, ਜਦੋਂ ਐਸ ਜੀ ਪੀ ਸੀ ਆਉਂਦਾ ਉਹ ਵੀ ਕਰੋ, ਉੱਥੇ ਵੀ ਇਕੱਠੇ ਹੋ ਕੇ ਇੱਕ ਕੋਨਸਟੀਚੁਐਂਸੀ ਚੋਂ ਇੱਕ ਗੁਰਮਤੇ ਰਾਹੀਂ ਕੋਈ ਸਿੰਘ ਸਾਰਿਆਂ ਨੂੰ ਚੁਣਨਾ ਚਾਹੀਦਾ। ਪਰ ਅਸੀਂ ਜਿਹੜਾ ਅਸਲ ਟੇਕ ਆ
ਸਿੱਖੀ ਦੀ ਅਸਲ ਤਰੀਕਾ ਆ ਉਹ ਪੰਥਕ ਤਰੀਕਾ ਆ, ਸੰਗਤ ਦਾ ਆ। ਸੰਗਤ ਚੋਂ ਯਾਨੀ ਕਿ ਸੰਗਤ ਨੂੰ ਸਮਝ ਨਹੀਂ ਲੱਗਦੀ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ, ਸੰਗਤ ਚਾਹੇ ਤਾਂ ਸਰਕਾਰਾਂ ਚੇਂਜ ਕਰ ਦਿੰਦੀਆਂ। ਸੰਗਤ ਚੇਂਜ ਕਰੇਗੀ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ, ਸੰਗਤ ਕਰੇਗੀ। ਸੰਗਤ ਹੀ ਸਮਰੱਥ ਹੈ ਤੇ ਸੰਗਤ ਹੀ ਗੁਰੂ ਮਿਹਰ ਕਰੇਗਾ, ਸੰਗਤ ਆਪਣਾ ਰੋਲ ਪਛਾਣੇਗੀ। ਅਸੀਂ ਤਾਂ ਹੋਕਾ ਦੇਣਾ ਤੇ ਯਤਨ ਕਰਨਾ ਹੈ, ਗੁਰੂ ਅੱਗੇ ਮਿਹਰ ਕਰੇਗਾ। ਹਾਂ ਇਹ ਤਾਂ ਬੜੀ ਬਹੁਤ ਹੀ ਬੜੀ ਸੈਡ ਗੱਲ ਆ, ਬੜੀ ਖੁਸ਼ੀ ਜੀ ਗੱਲ ਆ ਕਿ ਇਹ ਜੇ ਗੱਲਾਂ ਕਹਿਣੀਆਂ ਇੱਕ ਜ਼ਿੰਮੇਵਾਰ ਬੰਦੇ ਵੱਲੋਂ ਆਉਣੀਆਂ ਬਹੁਤ ਮਾੜੀ ਗੱਲ ਆ। ਤੇ ਬਾਕੀ ਜਿਹੜੀ ਗੱਲ ਉਹਦੇ ਨਾਲ ਹੀ ਇੱਕ ਹੋਰ ਆਈ ਆ ਕਿ ਸਰਕਾਰੀ ਇੰਟਰਵੈਂਸ਼ਨ ਵੇਲੇ ਪੰਜਾਬ ਸਰਕਾਰ ਜਾਂ ਸੈਂਟਰ ਵੇਲੇ ਉਹ ਸਿੱਖਾਂ ਦੇ ਮਸਲੇ 'ਚ ਇੰਟਰਵੀਨ ਕਰ ਰਹੀ, ਉਹ ਤਾਂ ਦੇਖੋ ਸ਼ੁਰੂ ਤੋਂ ਕਰ ਰਹੇ ਆ। ਅੰਗਰੇਜ਼ਾਂ ਨੇ ਵੀ ਕੀਤਾ, ਇਹ ਅੰਗਰੇਜ਼ਾਂ ਦੀ ਦੇਣ ਆ ਜੋ ਅਸੀਂ ਕਰ ਰਹੇ ਹਾਂ। ਉਸ ਤੋਂ ਬਾਅਦ 47 'ਚ ਹੋਵੇ, ਕੰਟੀਨਿਊ ਹੋਵੇ, ਇਹ ਵੀ ਉਸੇ ਤਹਿਤ ਕਰ ਰਹੇ ਨੇ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਇਸ ਸਦੀ ਦੇ ਸਭ ਤੋਂ ਸ਼ਹੀਦ, ਉਹਨਾਂ ਨੇ ਜਦੋਂ ਇਹ ਮੋਰਚਾ ਲੱਗਿਆ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਸੀਂ ਸਾਡੇ ਗੁਰੂ ਧਾਮਾਂ ਦੇ ਤਖ਼ਤਾਂ ਵਿੱਚ ਦਖਲਅੰਦਾਜ਼ੀ ਨਾ ਕਰੋ। ਸਿਰਫ ਉਹਨਾਂ ਨੇ ਇਹੀ ਕਿਹਾ ਸੀ, ਸੈਂਟਰ ਨਹੀਂ ਮੰਨੀ ਤੇ ਗੱਲ ਕਿੱਥੇ ਚਲੀ ਗਈ ਆ। ਇਹ ਜਿਹੜੀ ਸਰਕਾਰ ਆ ਉਸ ਤੋਂ ਵੀ ਜ਼ਿਆਦਾ ਕਰ ਰਹੀ ਹੈ। ਜਿਵੇਂ ਮੈਂ ਦੱਸਿਆ ਕਿ ਸਾਰੀਆਂ ਸੰਸਥਾਵਾਂ, ਸਾਰੀਆਂ ਜਥੇਬੰਦੀਆਂ, ਜਿੱਥੇ ਵੀ ਕੋਈ ਵਿਕਾਰ ਵਾਲਾ ਪੱਥ ਚ ਹੈ, ਸਾਰਿਆਂ ਨੂੰ ਡਿਵਾਈਡ ਕਰ ਰਿਹਾ, ਸਾਰਿਆਂ ਨੂੰ ਐਲੀਨੇਟ ਕਰ ਰਿਹਾ, ਨਖੇੜ ਰਹੇ ਆ ਤੇ ਸਾਰਿਆਂ ਨੂੰ ਬਦਨਾਮ, ਕ੍ਰੈਡੀਬਿਲਟੀ ਲੋ ਕਰਨ ਦੀ ਕੋਸ਼ਿਸ਼ ਕਰ ਰਹੇ, ਸਿੱਧਾ ਦਖਲਅੰਦਾਜ਼ੀ ਕਰ ਰਿਹਾ, ਹੋਰ ਤਖ਼ਤਾਂ ਨੂੰ ਕੰਟਰੋਲ ਕਰਨ ਦੀ ਕਰ ਰਿਹਾ। ਅਕਾਲ ਤਖ਼ਤ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ, ਐਸ ਜੀ ਪੀ ਸੀ ਨੂੰ ਕੰਟਰੋਲ ਕਰਨ, ਅਕਾਲੀ ਦਲ ਨੂੰ ਲਗਾਤਾਰ ਹੋ ਰਹੀ ਹੈ। ਤੇ ਇਹ ਦੇਖੋ ਸਭ ਤੋਂ ਵੱਡੀ ਜਿਹੜੀ ਇੰਟਰਵੈਂਸ਼ਨ ਤਾਂ ਮੈਂ ਤਾਂ ਇਹੀ ਕਹੂੰਗਾ, ਸਭ ਤੋਂ ਵੱਡੀ ਇੰਟਰਵੈਂਸ਼ਨ ਤਾਂ ਇਹ ਜਿਹੜਾ ਐਕਟ ਆ ਐਸ ਜੀ ਪੀ ਸੀ ਇਨ ਇਟ ਸੈਲਫ, ਇਹ ਆ ਜੋ ਅੰਗਰੇਜ਼ਾਂ ਵੱਲੋਂ ਲਿਆਂਦਾ ਗਿਆ ਸੀ। ਸਿੱਖਾਂ ਨੂੰ ਹੁਣ ਇੰਨੇ ਲੰਬੇ ਸਮੇਂ ਬਾਅਦ ਇਹਦੀ ਕੋਈ ਜ਼ਰੂਰਤ ਨਹੀਂ ਹੈ, ਤੇ ਸਟੇਟ ਨੂੰ ਵੀ ਚਾਹੀਦਾ ਕਿ ਉਹ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣ। ਕਿਉਂ ਸਿੱਖਾਂ ਦੇ ਵਿੱਚ ਇੰਟਰਵੈਂਸ਼ਨ ਕਰਦੇ ਆ? ਸਾਰੀ ਦੁਨੀਆਂ 'ਚ ਸਿੱਖ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਇਸ ਤੋਂ ਬਿਨਾਂ ਇਹਨਾਂ ਐਕਟਾਂ ਤੋਂ ਕਰਦੇ ਆ। ਕੋਈ ਦੇਸ਼ ਨਹੀਂ ਜਿੱਥੇ ਕੋਈ ਕਿਸੇ ਧਰਮ ਦੇ ਵਿੱਚ ਕੋਈ ਉਹ ਇੱਦਾਂ ਦਖਲਅੰਦਾਜ਼ੀ ਕਰਦਾ ਹੋਵੇ, ਜਾਂ ਕੋਈ ਧਰਮ ਹੋਵੇ ਜਾਂ ਇਲੈਕਸ਼ਨਾਂ ਰਾਹੀਂ ਆਪਣੇ ਨੁਮਾਇੰਦੇ ਚੁਣਦਾ ਹੋਵੇ। ਇਸ ਕਰਕੇ ਹੁਣ ਸਮਾਂ ਆ ਗਿਆ ਕਿ ਇਹ ਜਿਹੜੀ ਇੰਟਰਵੈਂਸ਼ਨ ਸਭ ਤੋਂ ਵੱਡੀ ਇਹ ਐਕਟ ਰਾਹੀਂ ਹੋ ਰਹੀ ਆ, ਜਿਹਦੇ ਰਾਹੀਂ ਇਹਨਾਂ ਨੇ ਹੋਰ ਸਾਰੇ ਸਟੇਟਾਂ ਵਿੱਚ ਵੀ ਐਕਟ ਬਣਾਏ ਆ। ਸਿੱਖਾਂ ਨੂੰ ਉਹ 'ਚੋਂ ਮੁਕਤ ਆਪਣੇ ਆਪ ਨੂੰ ਕਰਾਉਣਾ ਚਾਹੀਦਾ ਆ। ਇਹੀ ਅੱਜ ਦੀ ਵੱਡੀ ਗੱਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਸਿੱਖ ਇਕੱਤਰਤਾ ਵਿੱਚ ਗੁਰਮਤਿ ਦੀ ਵਿਧੀ ਰਾਹੀਂ ਲਿਆ ਜਾਵੇਗਾ ਸਾਂਝਾ ਫੈਸਲਾ। ਪੰਥਕ ਸੇਵਕ ਸ਼ਖਸੀਅਤਾਂ, ਜਥਿਆਂ, ਸੰਪਰਦਾਵਾਂ ਤੇ ਸੰਸਥਾਵਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ। ਅੰਮ੍ਰਿਤਸਰ 25 ਜੂਨ ਪੰਥ ਸੇਵਕ ਸ਼ਖਸੀਅਤਾਂ ਭਾਈ ਗੁਰਜੀਤ ਸਿੰਘ ਗੁੱਤੂ, ਭਾਈ ਨਾਰਾਇਣ ਸਿੰਘ ਜੀ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਚੰਗੀਆਂ ਨੇ ਅੱਜ ਇੱਥੇ ਇੱਕ ਪੱਤਰਕਾਰ ਵਾਰਤਾ ਗ੍ਰਾਮ ਮੇਰੀ ਤੇਰੀ ਦਿਵਸ ਮੌਕੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਨਾਰਾਇਣ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਵਿੱਚ ਸਾਂਝੇ ਫੈਸਲਿਆਂ ਅਤੇ ਸਾਂਝੀ ਅਗਵਾਈ ਦੀ ਪਰੰਪਰਾ ਰਹੀ ਹੈ, ਪਰ ਬੀਤੀ ਸਦੀ ਦੌਰਾਨ ਪੱਛਮੀ ਤਰਜ ਦੇ ਜਥੇਬੰਦਕ ਢਾਂਚਿਆਂ ਤੇ ਅਮਲਾ ਕਾਰਨ ਇਹ ਪਰੰਪਰਾ ਵਿੱਚ ਖੜੋਤ ਆਈ ਹੈ, ਜਿਸ ਕਾਰਨ ਖਾਲਸਾ ਪੰਥ ਦੀ ਕੇਂਦਰੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਨਿਜ਼ਾਮ ਗੈਰ ਪੰਥਕ ਲੀਹਾਂ ਉੱਤੇ ਚਲਾ ਗਿਆ ਹੈ ਅਤੇ ਇਸ ਵਿੱਚ ਪੰਚ ਪ੍ਰਧਾਨ ਨੇ ਸਾਂਝੀ ਅਗਵਾਈ ਅਤੇ ਗੁਰਮਤਿ ਦੀ ਪ੍ਰਧਾਨਤਾ ਨਹੀਂ ਰਹੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਨਾ ਹੋਣ ਕਾਰਨ ਹੀ ਵੋਟਾਂ ਦੇ ਮਫਾਦਾਂ ਵਾਲੀਆਂ ਪਾਰਟੀਆਂ ਤਖ਼ਤ ਸਾਹਿਬਾਨ ਤੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਲਗਾ ਕੇ ਅਤੇ ਲਾ ਦਿੰਦੇ ਹਨ। ਕਿਸੇ ਨੂੰ ਲਾ ਦੇਣਾ ਤੇ ਕਿਸੇ ਨੂੰ ਲਾ ਦੇਣਾ ਇਹਨਾਂ ਦਾ ਕੰਮ ਹੈ। ਇਸ ਦਾ ਪ੍ਰਤੱਖ ਪ੍ਰਮਾਣ ਹਾਲੀਆ ਧਰਨਾ ਕਰਮ ਹੈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ
ਗਿਆਨੀ ਰਘਵੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਐਲਾਨਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸੁਖਨਾਥ ਸਿੰਘ ਨੇ ਕਿਹਾ ਕਿ ਸੇਵਾ ਸੰਭਾਲ ਦੇ ਪੰਥਕ ਨਿਜ਼ਾਮ ਬਾਰੇ ਸਾਂਝੀ ਰਾਏ ਬਣਾਉਣ ਵਾਸਤੇ ਪੰਥਕ ਸੇਵਕ ਸ਼ਖਸੀਅਤਾਂ ਵੱਲੋਂ ਵੱਖ ਵੱਖ ਸਿੱਖ ਤੇ ਪੰਥਕ ਹਿੰਸਿਆਂ ਵਿੱਚ ਸਾਂਝੀ ਰਾਏ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਉਂਦੀ 28 ਜੂਨ ਨੂੰ ਮੇਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਕੀਤੀ ਜਾ ਰਹੀ ਹੈ। ਇਹ ਇਕੱਤਰਤਾ ਇੱਕ ਨੁਮਾਇੰਦਾ ਇਕੱਠ ਹੋਵੇਗਾ ਜਿਸ ਸੰਸਾਰ ਭਰ ਵਿੱਚ ਖਾਲਸਾ ਪੰਥ ਅਤੇ ਗੁਰਸੰਗਤ ਦੀ ਸੇਵਾ ਵਿੱਚ ਵਿਚਰ ਰਹੇ ਕਾਰਜਸ਼ੀਲ ਜਥਿਆਂ ਦੇ ਨੁਮਾਇੰਦੇ ਹਿੱਸਾ ਲੈਣਗੇ। ਪੰਥਕ ਸ਼ਖਸੀਅਤਾਂ ਨੇ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਲਈ ਸੱਦੇ ਦਿੱਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਦਾ ਮਨੋਰਥ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਪੰਥਕ ਲੀਹਾਂ ਅਨੁਸਾਰੀ ਕਰਨ ਵਾਸਤੇ ਗੁਰਮਤ ਆਸ਼ੇ ਅਤੇ ਪੰਥਕ ਪਰੰਪਰਾ ਅਨੁਸਾਰ ਸਾਂਝਾ ਫੈਸਲਾ ਲੈਣਾ ਸੁਹਿਰਦ ਯਤਨ ਕਰਨਾ ਹੈ। ਉਹਨਾਂ ਕਿਹਾ ਕਿ ਇਕੱਤਰਤਾ ਦੇ ਸੱਦੇ ਨੂੰ ਸੁਹਿਰਦ ਹਿੱਸਿਆਂ ਵੱਲੋਂ ਚੰਗਾ ਹੰਗਾਰਾ ਮਿਲ ਰਿਹਾ ਹੈ। ਪੰਥਕ ਸ਼ਖਸੀਅਤਾਂ ਨੇ ਆਸ ਪ੍ਰਗਟ ਕੀਤੀ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਨੁਮਾਇੰਦਾ ਇਕੱਤਰਤਾ ਗੁਰਮਤ ਆਸ਼ੇ ਅਤੇ ਪੰਥਕ ਪਰੰਪਰਾ ਅਨੁਸਾਰ ਜਿੱਥੇ ਮਨੋਰਥ ਸਾਰ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।